राजा न राज, पाना न पान, देवा न देव, उपमा महान, चवर शतर ताकत दी मालक, जुगो जुग अटल, आद श्री गुरु ग्रंथ साहिब जीओ महाराज। सतगुरु जी की कृपा दे नाल आपां चल रही अरदास दी विचार दी पहली पौड़ी जो है तेग बहादुर सिमरिय कर नाउ निध आवै ताए तक संपूर्णता हो चुकी है। आओ गुरु की प्यारी साध संगत जियो, अज जो गुरुदेव ने हुक्मनामा बख्शिया है, गुरु ने कृपा करके नौवें पातशाह गुरु तेग बहादुर ने तुठ के अज दा हुक्मनामा पिछे कीती अरदास दा फल देंदे होया साड़ी झोलियां अंदर पाया है। आओ उस हुक्मनामे नूं वाचिए, गुरु कृपा करन, गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। गुरु की प्यारी साध संगत जीओ, सुरत जोड़िए गुरदेव दे चरणां दे विच। जो सतगुरु अज दे हुक्मनामे अंदर सानू दृढ़ करवाना चाहते ने, आओ अपनी सुरत टिका के हिरदे वसा के उस राह ते चलना करिए। हर दीन दुनिया का इंसान, हरेक बंदा कहिंदा है मेरी हालत बड़ी भैड़ी है, बड़ा दुखी हाँ मैं। गुरदेव कहन लगे बिरथा कहो कवन सो मन की, इस मन दी भैड़ी हालत किसनू दसा। हाल बड़े भैड़े हो गए मन दे, दसा किनू, कौन सुनेगा मेरी। ओ कहन लगे तेरे कल्ले दा हाल आ नहीं, इत्ते हरेक मनुख दा हाल ही है। कोई अपने मन तो पिया सड़दा है, कोई तन तो पिया सड़दा है, कोई तन तो बिना ही हाए हाए पिया सड़दा है। गुरु साहब कारण कहन लगे लोभ ग्रस्यो दस हों दिस धावत, आसा लाग्यो धन की। लोभ विच फसिया होया ए मन दी दसी पासी दौड़दा है। कहन लगे दस पासे कि हाँ, जदों देखी जाती है भी सब तो ज्यादा तेजी की दी है, उदो विद्वान जन दस दे सी कि गरुड़ है, गरुड़ दी जिहड़ी स्पीड है वह सब तो तेज है। भाई साहब गुरदास कहन लगे कहिंदे नहीं, इत्थे जिहड़ा सब तो तेज चलदा है वह है इंसान का मन, इहदा पता ही कोई नहीं किस वेले किहड़े पासे हो जाए। कारण बन गए ने तेरे मन दे दुखी होण दे, ओ कारण ने, दसां पासां दौड़दा रहिंदा है। इस नूं धन जोड़न की तृष्णा सदाई चिंबड़ी रहिंदी है, जोड़िए आ भी जोड़ लईए आ भी जोड़ दी। केवल सारे दे सारा जो अर्ज करांगा वह गुरु तेग बहादुर साहब जी के श्लोक ने, क्योंकि आपा गुरु कृपा दे नाल इहदे अर्थ अंदरूनी समझणे ने। तेग बहादुर सिमरिय कर नाउ निध आवै ताए, फिर करदा की है। कहन लगे इंसान नू पुछिए सुख, जदों सुख का नाम साढ़े कन च पैंदा है
ਤੇ ਸਾਡੇ ਦਿਮਾਗ ਵਿੱਚ ਗੱਲ ਘੁੰਮਦੀ ਹੈ ਚੰਗੀਆਂ ਗੱਡੀਆਂ, ਚੰਗਾ ਘਰ, ਚੰਗਾ ਪੈਸਾ, ਆ ਸੁੱਖ। ਗੁਰੂ ਸਾਹਿਬ ਕਹਿਣ ਲੱਗੇ, ਆ ਜਿਹੜੇ ਸੁੱਖ ਦੀ ਤੂੰ ਗੱਲ ਕਰਦਾ ਮੈਂ ਦੱਸਦਾ, ਤੇਰਾ ਚਿਹਰਾ ਹੀ ਇਸ ਸ਼ੀਸ਼ੇ ਅੰਦਰ ਦਿਖਾ ਦੇਵਾਂਗਾ ਵੀ ਇਹਦਾ ਕਾਰਨ ਕੀ ਹੈ। ਕਹਿਣ ਲੱਗੇ, ਸੁੱਖ ਕਹਿ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਬੰਦਾ ਸੁੱਖ ਹਾਸਲ ਕਰਨ ਦੇ ਵਾਸਤੇ ਪਤਾ ਹੀ ਨਹੀਂ ਕਿੰਨਿਆਂ ਦੇ ਸਿਰ ਕੁਚਲ ਦਿੰਦਾ ਹੈ, ਤੇ ਬੰਦਾ ਸੁੱਖ ਹਾਸਲ ਕਰਨ ਵਾਸਤੇ ਧਿਰ ਧਿਰ ਦੀ ਖੁਸ਼ਾਮਦ ਕਰਦਾ ਹੈ। ਆ ਸੁੱਖ ਹਾਸਲ ਕਰਨ ਵਾਸਤੇ ਇਹਨੂੰ ਪਤਾ ਵੀ ਹੁੰਦਾ ਹੈ ਅਗਲਾ ਬੰਦਾ ਗਲਤ ਹੈ, ਫਿਰ ਵੀ ਸੁੱਖ ਲੈਣ ਵਾਸਤੇ ਉਸਨੂੰ ਸਹੀ ਕਹਿੰਦਾ ਹੈ, ਖੁਸ਼ਾਮਦ ਕਰਦਾ ਫਿਰਦਾ ਹੈ। ਅਤੇ ਇਸ ਤਰ੍ਹਾਂ ਦੇ ਸੁੱਖ ਦੀ ਥਾਂ ਸਗੋਂ ਦਿਨੋਂ ਦਿਨ ਉਹਨੂੰ ਦੁੱਖ ਮਿਲਦੇ ਨੇ। ਸੁੱਖ ਆਇਆ, ਕਹਿਣ ਲੱਗੇ ਕਈ ਜਾਇਦਾਦ ਖਰੀਦ ਲਈ, ਖੇੜਾ ਆ ਗਿਆ, ਮਨ ਵਿੱਚ ਸੁੱਖ ਹੋ ਗਿਆ। ਹੋਇਆ ਤਾਂ ਸੁੱਖ, ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਮੈਨੂੰ ਸੁੱਖ ਨਹੀਂ ਲੱਗਦਾ, ਤੂੰ ਦੁੱਗਣਾ ਦੁੱਖ ਲਾ ਲਿਆ। ਗੁਰੂ ਜੀ ਉਹ ਕਿਵੇਂ? ਕਹਿਣ ਲੱਗੇ ਜਿੱਦਣ ਜਾਏਗਾ ਉਦਣ ਚੌਗਣਾ ਦੁਖੀ ਹੋਵੇਗਾ। ਅੱਜ ਇੱਕ ਗੁਣ ਤੂੰ ਸੁਖੀ ਹੈ, ਖੁਸ਼ ਹੋ ਨਾ ਪਿਆ ਹੈ, ਨਾਸਵੰਤ ਸਾਰਾ ਹੀ ਹੈ, ਜਿੱਦਣ ਆ ਗਿਆ ਉਦਣ ਰੋਏਗਾ ਬੜਾ। ਗੁਰੂ ਸਾਹਿਬ ਹਾਂਜੀ ਇਹ ਹੋਏਗਾ ਕਿ ਹਾਂ, ਮੇਰੀ ਬਿਰਤੀ ਕਿਹੋ ਜਿਹੀ ਹੈ? ਕਹਿਣ ਲੱਗੇ ਤੇਰੀ ਬਿਰਤੀ ਹੈ ਦੁਆਰੇ ਦੁਆਰ ਸਵਾਨ ਜਿਉਂ ਡੋਲਤ ਨੈ ਸੁਧ ਰਾਮ ਭਜਨ ਕੀ। ਦੁਆਰੇ ਦੁਆਰ ਡੋਲਦਾ ਹੈ, ਕੌਣ ਡੋਲਦਾ ਹੈ? ਗੁਰੂ ਜੀ ਕਹਿਣ ਲੱਗੇ ਕੁੱਤੇ ਦੀ ਤਰ੍ਹਾਂ ਤੂੰ ਦੁਆਰੇ ਦੁਆਰ ਡੋਲਦਾ ਫਿਰਦਾ ਹੈ, ਕੁੱਤੇ ਵਾਂਗ ਹਰੇਕ ਦੇ ਦਰ 'ਤੇ ਭਟਕਦਾ ਫਿਰਦਾ ਹੈ। ਪਰ ਜਿਹੜਾ ਕੁੱਤੇ ਦੇ ਭਾਂਡੇ ਦੇ ਵਿੱਚ ਕੁਝ ਪਾਇਆ ਗਿਆ ਹੈ ਉਹ ਜੇ ਖਾਵੇ ਉਹਨੂੰ ਕੋਈ ਨਹੀਂ ਰੋਕਦਾ, ਪਰ ਜਦੋਂ ਕੁੱਤਾ ਹੋਰ ਕਿਸੇ ਭਾਂਡੇ ਵਿੱਚ ਮੂੰਹ ਮਾਰਦਾ ਹੈ ਤਾਂ ਮੂੰਹ ਦੀ ਪੈਂਦੀ ਹੈ। ਤੂੰ ਦੁਆਰੇ ਦੁਆਰ ਸਵਾਨ ਜਿਉਂ ਡੋਲਤ, ਕੁੱਤੇ ਵਾਂਗੂ ਬਿਰਤੀ ਹੋਈ ਪਈ ਹੈ। ਨੈ ਸੁਧ ਰਾਮ ਭਜਨ ਕੀ, ਰਾਮ ਭਜਨ ਦੀ ਕੋਈ ਸੂਝ ਹੀ ਨਹੀਂ ਹੈ। ਕਹਿਣ ਲੱਗੇ ਮਾਨਸ ਜਨਮ ਅਕਾਰਤ ਖੋਵਤ, ਲਾਜ ਨਾ ਲੋਕ ਹਸਨ ਕੀ। ਕਹਿਣ ਲੱਗੇ ਲੋਭ ਵਿੱਚ ਫਸਿਆ ਹੋਇਆ ਹਰ ਜੀਵ ਆਪਣਾ ਮਨੁੱਖਾ ਜਨਮ ਵਿਅਰਥ ਹੀ ਗਵਾਰਿਆ ਹੈ। ਜਿਵੇਂ ਗੁਰੂ ਸਾਹਿਬ ਬਾਣੀ ਸ਼ੁਰੂ ਗੁਰੂ ਤੇਗ ਬਹਾਦਰ ਹੀ ਹੋਈ ਹੈ, ਸਾਧੋ ਮਨ ਕਾ ਮਾਨ ਤਿਆਗੋ, ਆਹ ਸ਼ਬਦ ਕੱਲ ਅਰਜ ਕਰਿਆ ਸੀ, ਸਾਰਾ ਆਧਾਰ ਤੇ ਬਾਣੀ ਚੱਲ ਰਹੀ ਹੈ ਹੁਕਮਨਾਮੇ ਦੇ ਹੀ। ਕਹਿਣ ਲੱਗੇ ਸਾਰਾ ਜਨਮ ਵਿਅਰਥ ਹੋ ਗਿਆ, ਇਸ ਦੇ ਲਾਲਚ ਦੇ ਕਾਰਨ ਲੋਕਾਂ ਵੱਲੋਂ ਹਰੇਕ ਪਾਸੋਂ ਤੈਨੂੰ ਦੇਖਦੇ ਆ ਨਾ, ਜਦੋਂ ਇੱਕ ਚੀਜ਼ ਆਪਣੇ ਕੋਲ ਆਉਂਦੀ ਹੈ ਦੂਜੀ ਚਲੀ ਜਾਂਦੀ ਹੈ, ਦੂਜੀ ਆਉਂਦੀ ਹੈ ਕਿਤੇ ਤੀਜੀ ਚਲੀ ਗਈ, ਇੱਕ ਆਉਂਦੀ ਹੈ ਦੂਜੀ ਹੱਥੋਂ ਨਿਕਲ ਗਈ। ਕਹਿਣ ਲੱਗੇ ਦੁੱਖ ਹੀ ਦੁੱਖ ਹੋ ਗਿਆ, ਅਤੇ ਜਿਹੜੇ ਤੇਰੇ ਨਾਲ ਰਹਿੰਦੇ ਲੋਕ ਸੀ ਉਹ ਤੇਰੇ 'ਤੇ ਹੱਸਦੇ ਨੇ। ਮਖੌਲ ਪੀ ਤੂੰ ਬਣ ਗਿਆ, ਕਹਿਣ ਲੱਗੇ ਮਖੌਲ ਬਣ ਗਿਆ ਤੇਰਾ। ਜਦੋਂ ਮਖੌਲ ਬਣ ਜਾਂਦਾ ਕਹਿਣ ਲੱਗੇ ਹੁਣ ਸ਼ਰਮ ਕਰ। ਨਾਨਕ ਹਰ ਜਸ ਕਿਉਂ ਨਹੀਂ ਗਾਵਤ, ਨਾਨਕ ਹਰ ਜਸ ਕਿਉਂ ਨਹੀਂ ਗਾਵਤ, ਕੁਮਤ ਬਿਨਾਸੈ ਤਨ ਕੀ। ਹਰੀ ਦਾ ਜਸ ਕਿਉਂ ਨਹੀਂ ਗਾਉਂਦਾ? ਕੁਮਤ ਜਿਹੜੀ ਲਈ ਬੈਠਾ ਹੈ ਉਹ ਹਰ ਜਸ ਤੋਂ ਬਿਨਾਂ ਜਾਣੀ ਨਹੀਂ। ਗੁਰੂ ਸਾਹਿਬ ਨੇ ਕੁਮਤ ਕਿਹੜੀ ਲੈ ਲਈ ਹੈ, ਮੇਰੇ ਅੰਦਰ ਕੁਮਤ ਕਿਹੜੀ ਹੈ? ਅਤੇ ਗੁਰੂ ਜੇ ਪੁੱਛੇ ਵੀ ਦੱਸ ਸਿੱਖਾ ਤੇਰੀ ਮਤ ਕਿਹੜੀ ਹੈ, ਪਰ ਜਿਹੜੇ ਸਾਡੇ ਅੰਦਰ ਫੁਰਨੇ ਚੱਲਦੇ ਨੇ ਉਸ ਦੇ ਹਿਸਾਬ ਦੇ ਨਾਲ ਆਪਾਂ ਦੱਸ ਦਾਂਗੇ ਵੀ ਗੁਰੂ ਜੀ ਆਹ ਸਾਡੀ ਮਤ ਹੈ। ਅਤੇ ਬੰਦਾ ਸਾਰੀ ਉਮਰ ਆਪਣੀ ਮਤ ਦੇ ਤਲ 'ਤੇ ਜਿਉਂਦਾ ਹੈ, ਪਰ ਦੇਖਿਓ ਕਹਿਣ ਲੱਗੇ ਇੱਕ ਵਿਦਵਾਨ ਨੇ ਕਿਹਾ, ਕਹਿੰਦਾ ਬੰਦਾ ਕੋਈ ਵੀ ਕੰਮ ਕਰਦਾ ਹੈ ਨਾ, ਜਿਹੜਾ ਕਵੇ ਆਪ ਨੂੰ ਮੈਂ ਅਤਿਅੰਤ ਸਿਆਣਾ, ਉਹ ਆਪਣੀ ਗਲਤੀ ਅਤੇ ਆਪਣੀ ਨਾ ਗਲਤੀ ਦੋਨੇ ਚੀਜ਼ਾਂ ਲਿਖਣ ਲੱਗ ਪਏ ਕਾਪੀ 'ਤੇ। ਸਾਲ ਮਗਰੋਂ ਜੇ ਆਪਣੇ ਕੀਤੇ ਹੋਏ ਕਾਰਨਾਮੇ ਪੜ੍ਹੇ ਨਾ, ਕਹਿਣ ਲੱਗੇ ਕਾਰਨਾਮੇ ਪੜ੍ਹ ਕੇ ਹੀ ਸ਼ਰਮ ਬਾਜੋ ਮਰ ਜਾਏ, ਇਹੋ ਜਿਹੇ ਕਾਰਨਾਮੇ ਕਹਿੰਦੇ ਬੰਦੇ ਤੋਂ ਹੋ ਜਾਂਦੇ ਹੈ। ਗੁਰੂ ਸਾਹਿਬ ਕੁਮਤ ਕਿਹੜੀ ਹੈ ਸਾਡੇ 'ਚ? ਅਤੇ ਅੱਜ ਦੇ ਹੁਕਮਨਾਮੇ ਅੰਦਰ ਆਹੀ ਕਿਹਾ ਹੈ, ਮਨ ਰੇ
कवन कुमत तैलीनी हे मना तू केड़ी भैड़ी सिख्या लई है। गुरु जी मेरे च भैड़ी सिख्या है केड़ी? कहन लगे आ फिर दसा ओ है पर दारा निंदया रस रचियो राम भगत नह कीनी। पर दारा पराए परिवार ते माड़ी निगाह ते जदों संगत विच भी कट्ठे होने उदों भी निंदिया तोर के बह जाने कि आह माड़ी भैड़ी मत नहीं। कहन लगे तू पराई स्त्री पराया पुरश पराया धन पराई निंदिया रज के करदा है इदू भैड़ी मत हो की सकती है। पर दारा निंदिया रस रचियो राम भगत ने कीनी आए ता सी राम भगत करन वास्ते। कहन लगे इन्हां विच पै गए ते गुरु साहब कहन लगे भजन करन ता आया सी पर कुमाती माड़ी मिल गई कसूर की होया। कहन लगे मुगत पंथ जान्यो तै नाहन धन जो रन को ताया। हे भाई तू विकारां तो खलासी पाण दा रस्ता अजे तक नहीं समझिया? कारण की बनिया? धन इकट्ठा करन लई तू सदा ही दौड़ भजदा रहा पर मन दा टिका बंदे नू पता ही है भी संतोख बिना कुछ नहीं बनता। जिनी भी विचार करदे आ ना इंज नहीं भी सानू पता नहीं, पता सारा ही है क्योंकि आ चीज पता नहीं भी टिका तो बिना असी टिक नहीं सकते, संतोख दे बिना टिक नहीं सकते। बच्चे बच्चे नू पता है पर संतोख लई कोई जतन भी नहीं करते। फिर कहन लगे गुरु साहब कहन लगे धन जोड़िया भजया फिरया पर देखी जरा अंत संग काहू नहीं दीना बिरथा आप बंधाया। दुनिया के पदार्थों विचों किसी ने भी आखर किसी का साथ नहीं दिता। देखी साथ नहीं देना, तू व्यर्थ ही अपने आप नू दिन रात दौड़दा भजदा है, असल विच साथ ता तेरा कोई नहीं। ना हर भजियो ना गुर जन सेवियो नह उपजियो कच गयाना। गुर तेग बहादुर सिमरे घर नौ निद आवै ते आए। जे सिमरांगे तो फिर ता गुरु बाँ पकड़ेगा बिना की होएगा। ना हर भजियो ना गुरजन सेवियो ना भजन कीता ना गुरु जन नू चेते कीता सिमरिया नहीं। इत्थे कहिंदे गुरु तेग बहादुर नू सिमरी सहायता करेगा पर गुरु साहब कहन लगे बिरतियां किहो जिहियां बणियां पईआं ने, ना ही कोई भजे ने है ते ना ही कोई इत्थे बाणी पढ़नी है, सहायता फिर किवें करनगे। नह उपजो कछ गयाना सूझ ही नहीं पई ना सच दा पता ही नहीं लग्या। घट ही माहे निरंजन तेरै तै खोजत उदयाना। उदयाना तू जंगल विच लभदा है, तू दौड़दा है रब किते उत्थे होवेगा, रब किते उत्थे होवेगा। कहन लगे ध्यान दई असल विच जेड़े जंगलां अंदर तो लभदा फिरदा है ना वह मालक तेरे हिरदे अंदर ही है। हुण इत्थे सवाल उठदा है भी जदों अंदर ही है फिर की फायदा संगत दा? भी सवाल करन वाले करदे ने। हुण तक्कियो जरा विशे वल ध्यान दिओ। दुध है, दुध विच घिओ है मखणी है। हुण जे कहीए सवाणी नूं भी माई इंज कर इस दुध नूं रिड़क के दुध दे विचों सानूं मखणी कढ के दे, उहने कहना इंज नहीं हो सकदा। पुछांगे क्यों? कहन लगे है तां विच ही। गुरु साहिब कहन लगे घिओ तां विच ही है इहदे, पर इहदे लई इक बिध बनाउणी पवेगी। उह बिध है जाग लाउण दी। ओनू जे थोड़ा जा जाग लग जाए दुध तो दही विच बदलदा है, हुंदा दुध ही है पर जाग जरूरी है। कहन लगे हैगा तेरा मन ही पर इन्हें गुरबाणी का जाग जरूरी है। हिरदे अंदर है राम दुध वांगू पर जे मखणी का प्यारे स्वाद लैना है तो नाम रूपी जाग लाना पएगा, जाग बिना मखणी नहीं। फिर कहन लगे मानस दे पाए पद हर पज नानक बात बताई बहुत जन्म भरमत तै हारियो। बड़े जन्म आ गया हार हार चला गया, जतन करदा रहा पानी रिक रिड़क के दुध का स्वाद लै लवा मखणी का, पर प्यारे पहली गल पानी विच कुछ नहीं मिलना, दूजी गल जे दुध भी हथ आ गया उहदे विच जे घिओ कढ़णा है ओ भी नहीं मिलना,
ਉਹਦੇ ਵਿੱਚ ਪਾਉਣ ਵਾਸਤੇ ਕਹਿਣ ਲੱਗੇ ਜਾਗ ਜ਼ਰੂਰੀ, ਜਾਗ ਹੀ ਨਾ ਲਾਇਆ ਤੂੰ ਘਿਓ ਦਾ ਸਵਾਦ ਕਿੱਥੋਂ ਲਏਗਾ। ਮਾਨਸ ਦੇ ਪਾਏ ਪਦ ਹਰ ਪਜ, ਨਾਨਕ ਬਾਤ ਬਤਾਈ। ਆਹ ਗੁਰੂ ਸਾਹਿਬ ਕਹਿਣ ਲੱਗੇ ਮੈਂ ਤੈਨੂੰ ਗੱਲ ਪਿਆ ਦੱਸਦਾ, ਸੁਣ ਲਈ। ਗੁਰੂ ਤੇਗ ਬਹਾਦਰ ਸਾਹਿਬ ਫਿਰ ਇਹਨਾਂ ਨੇ ਕਿਹਾ, ਆਹ ਚੀਜ਼ਾਂ ਕਰਦਿਆਂ ਕਰਦਿਆਂ ਨਾ ਬੰਦਾ ਜਦੋਂ ਇਸ ਸੰਸਾਰ ਤੋਂ ਜਾਣ ਲੱਗਿਆ, ਕੰਠ ਵੀ ਰੁਕ ਗਿਆ, ਅੱਖਾਂ ਦੀਆਂ ਰੋਸ਼ਨੀ ਵੀ ਘੱਟ ਗਈ, ਜਿਹੜੇ ਕੰਨ ਸੀ ਕਹਿਣ ਲੱਗੇ ਆਹ ਵੀ ਜਵਾਬ ਦੇਵੇ, ਜਿਹੜੇ ਮਾੜੀ ਜਿਹੀ ਗੱਲ ਮੇਰੇ ਕੰਨ ਵਿੱਚ ਪੈਂਦੀ ਸੀ ਮੈਂ ਨਾਲ ਦੀ ਨਾਲ ਜਵਾਬ ਦਿੰਦਾ ਹੁੰਦਾ ਸੀ, ਪਰ ਅੱਜ ਮੇਰੇ ਬੱਚੇ ਪੋਤੀ ਪੋਤੇ ਮੈਨੂੰ ਇਸ਼ਾਰਿਆਂ ਨਾਲ ਸਮਝਾਉਂਦੇ ਆ। ਮੇਰਾ ਕਾਰਨ ਕੀ ਬਣ ਗਿਆ? ਮਨ ਕੀ ਮਨ ਹੀ ਮਾਹੇ ਰਹੀ, ਮਨ ਦੀ ਮਨ 'ਚ ਹੀ ਰਹਿ ਗਈਆਂ। ਜੇ ਅਖੀਰ ਸਮੇਂ ਵਿੱਚ ਕੰਠ ਰੁਕ ਗਿਆ, ਗੱਲ ਕੋਈ ਹਿਰਦੇ ਅੰਦਰ ਆਈ ਕਿਵੇਂ ਦੱਸ ਹੀ ਦੇਵਾਂ ਜਵਾਕਾਂ ਨੂੰ, ਫਿਰ ਕਿਤੇ ਜ਼ੋਰ ਚੱਲਦਾ। ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਜਿਹੜੀ ਗੱਲ ਕਰਦਾ ਨਾ ਤੂੰ ਸਿਰ ਦੀ ਬੇਸਿਰ ਮੈਂ ਉੱਚਾ ਕਰਕੇ ਜੋਵਾਂ, ਮੈਨੂੰ ਕਹਿਣ ਦੋਗੋ ਵਾਹ ਵਾਹ। ਕਹਿਣ ਲੱਗੇ ਸਿਰ ਦੀ ਚੋਟੀ ਨੂੰ ਤਾਂ ਕਾਲ ਨੇ ਪਕੜਿਆ ਹੋਇਆ, ਕਿਸੇ ਵੇਲੇ ਪਛਾੜ ਕੇ ਪੁੰਜੇ ਸੁੱਟ ਸਕਦਾ ਹੈ ਤੈਨੂੰ। ਨਾ ਉਸ ਪਰਮਾਤਮਾ ਦਾ ਭਜਨ ਕੀਤਾ, ਨਾ ਹੀ ਉਸ ਸੰਤ ਜਨਾਂ ਦੀ ਸੇਵਾ ਕੀਤੀ, ਅਤੇ ਮੌਤ ਨੇ ਪਿਆਰਿਆ ਸੱਚ ਕਰ ਜਾਣੀ ਤੇਰੀ ਬੋਧੀ ਨੂੰ ਪਕੜਿਆ ਹੋਇਆ ਹੈ। ਦੇਖਿਓ ਜਦੋਂ ਇਨਸਾਨ ਦੇ ਕੇਸ ਕਿਤੇ ਦੂਜੇ ਵਿੱਚ ਹੱਥ ਵਿੱਚ ਆ ਜਾਣ ਨਾ ਤਾਂ ਬੰਦਾ ਹੱਲ ਨਹੀਂ ਸਕਦਾ। ਕਹਿਣ ਲੱਗੇ ਦਿਸਦਾ ਤਾਂ ਨਹੀਂ, ਪਰ ਉਹ ਸਰੂਪ ਨੇ ਤੇਰੀ ਸਿਰ ਦੇ ਜਿਹੜੇ ਕੇਸ ਨੇ ਉਹ ਇਹਨੇ ਜਕੜ ਕੇ ਪਕੜੇ ਹੋਏ ਨੇ, ਤੂੰ ਹਿੱਲ ਨਹੀਂ ਸਕਦਾ। ਜਦੋਂ ਇਹਦਾ ਜੀ ਕਰੇਗਾ ਪਛਾੜ ਕੇ ਧਰਤੀ ਸੁੱਟ ਕੇ ਤੇਰੀ ਜਾਨ ਕੱਢ ਲਏਗਾ। ਫਿਰ ਕਹਿਣ ਲੱਗੇ ਦਾਰਾ ਮੀਤ ਪੂਤ ਰੱਥ ਸੰਪਤ, ਧਨ ਜੋ ਪੂਰਨ ਸਭ ਮਹੀ। ਫਿਰ ਆਪਾਂ ਜਵਾਬ ਦਿੰਦੇ ਹਾਂ, ਕਹਿਣ ਲੱਗੇ ਗੁਰੂ ਸਾਹਿਬ ਧਨ ਤਾਂ ਜੋੜਨਾ ਜ਼ਰੂਰੀ ਹੈ ਨਾ, ਕਿਉਂਕਿ ਗੁਰੂ ਸਾਹਿਬ ਹਰ ਇੱਕ ਭਾਖਿਆ ਸਮਝਦੇ ਹੈ, ਜ਼ਰੂਰੀ ਹੈ, ਇਹਦੇ ਬਿਨਾਂ ਕੁਛ ਨਹੀਂ ਬਣਦਾ, ਪੁੱਤਰ ਨਹੀਂ ਪਲਦੇ, ਘਰ ਨਹੀਂ ਵੱਸਦੇ। ਕਹਿਣ ਲੱਗੇ ਸੁਣ ਫਿਰ, ਹੇ ਭਾਈ ਇੱਥੇ ਦਾਰਾ ਮੀਤ ਪੂਤ ਰੱਥ ਸੰਪਤ। ਦਾਰਾ ਹੋ ਗਈ ਘਰਵਾਲੀ, ਇਸਤਰੀ। ਕਹਿਣ ਲੱਗੇ ਇਸਤਰੀ ਮਿੱਤਰ ਪੁੱਤਰ ਗੱਡੀਆਂ ਮਾਲ ਅਸਬਾਬ ਧਨ ਜਿੰਨੇ ਵੀ ਪਦਾਰਥ ਨੇ ਸਾਰੀ ਹੀ ਧਰਤੀ ਗਿਣਾ ਦਿੱਤੀ ਗੁਰੂ ਸਾਹਿਬ ਨੇ। ਕਹਿਣ ਲੱਗੇ ਅਵਰ ਸਗਲ ਮਿੱਥਿਆਏ, ਜਾਨੋ ਭਜਨ ਰਾਮ ਕੋ ਸਹੀ। ਸਾਰੇ ਦੇ ਸਾਰੇ ਮਿੱਥਿਆ ਨੇ, ਦਿਨੋਂ ਦਿਨ ਤੋਂ ਦੁੱਖ ਲਾਉਣਾ ਪਿਆ। ਜੇ ਇੱਕ ਪੁੱਤਰ ਘਰੇ ਜੰਮ ਪਿਆ, ਕਹਿਣ ਲੱਗੇ ਕੁਛ ਕਾਰਨ ਕਰਕੇ ਉਹ ਚਲਾ ਗਿਆ, ਉਹ ਦੁੱਖ। ਜੇ ਇੱਕ ਦੋ ਪੁੱਤਰ ਘਰੇ ਹੋ ਗਏ, ਦੋਨੇ ਦੇ ਦੋਨੇ ਵਿਗੜ ਗਏ, ਕਹਿਣ ਲੱਗੇ ਦੁੱਗਣਾ ਦੁੱਖ। ਇਸ ਕਰਕੇ ਸੁੱਖ ਦੀ ਤਾਂਗ ਵਿੱਚ ਤਾਂ ਹਾਂ, ਪਰ ਦਿਨੋਂ ਦਿਨ ਦੁੱਖਾਂ ਨੂੰ ਇਕੱਠੇ ਕਰੀ ਜਾਂਦੇ ਹਾਂ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਹੀ ਬੜੇ ਜਨਮ ਤੂੰ ਹਾਰਿਆ ਹੈ, ਬਹੁਤ ਜਨਮ ਫਿਰਿਆ ਹੈ। ਹੇ ਭਾਈ ਕਈ ਯੁੱਗ ਜੂਨਾਂ ਵਿੱਚ ਭਟਕ ਭਟਕ ਕੇ ਸੱਚ ਕਰ ਜਾਣਿਓ, ਗੁਰਬਾਣੀ ਦਾ ਬਚਨ ਹੈ, ਇੱਕ ਜਨਮ ਵਿੱਚ ਨਹੀਂ। ਕਹਿਣ ਲੱਗੇ ਜਿਹੜਾ ਤੈਨੂੰ ਮਿਲਿਆ ਹੈ ਨਾ ਜਨਮ, ਭਟਕ ਭਟਕ ਕੇ ਮਿਲਿਆ, ਥੱਕ ਗਿਆ ਹੈ, ਪਰ ਥੱਕ ਗਿਆ ਮਤ ਫਿਰ ਵੀ ਨਹੀਂ ਆਈ, ਥੱਕ ਗਿਆ ਸੱਚ ਕਰ ਜਾਣੀ, ਤੈਨੂੰ ਮਨੁੱਖਾ ਸਰੀਰ ਲੱਭਾ ਹੈ, ਥੱਕ ਕੇ ਮਿਲਿਆ, ਬਹੁਤ ਕੁਝ ਦੇਖਿਆ। ਨਾਨਕ ਕਹਿਤ ਮਿਲਣ ਕੀ ਬਰੀਆਂ, ਸਿਮਰਤ ਕਹਾ ਨਹੀਂ। ਤੂੰ ਸਿਮਰਦਾ ਕਿਉਂ ਨਹੀਂ ਫਿਰ, ਗੁਰੂ ਦਾ ਸਵਾਲ ਹੈ। ਗੁਰੂ ਸਾਹਿਬ ਕਿੱਥੇ ਕਰਕੇ ਜਾਣਾ ਫਿਰ? ਫਿਰ ਉਹ ਬਚਨ ਕਰਦੇ ਹੈ, ਗੁਰੂ ਤੇਗ ਬਹਾਦਰ ਸਿਮਰਿਆ, ਪ੍ਰੀਤਮ ਜਾਣ ਲਿਹੋ ਮਨ ਮਾਹੀ। ਮੇਰੇ ਮਿੱਤਰਾ ਆਪਣੇ ਮਨ ਵਿੱਚ ਇਸ ਗੱਲ ਨੂੰ ਪੱਕੀ ਕਰ ਲੈ। ਕਿਹੜੀ ਗੱਲ ਗੁਰੂ ਜੀ? ਆਪਣੇ ਸੁੱਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਹੀਂ। ਪਤਾ ਤਾਂ ਸਾਨੂੰ ਚੰਗੀ ਤਰ੍ਹਾਂ ਲੱਗਦਾ ਜਦੋਂ ਠੇਡਾ ਵੱਜਦਾ। ਕਹਿਣ ਲੱਗੇ ਕੀ ਸਾਰਾ ਸੰਸਾਰ ਆਪੋ ਆਪਣੇ ਮਤਲਬ ਕਰਕੇ ਤੈਨੂੰ ਬੁਲਾਉਂਦਾ ਹੈ? ਅੱਜ ਤੇਰੇ ਕੋਲ ਚੰਗੀ ਪਦਵੀ ਹੈ, ਜੀ ਕਹਿੜ ਕੇ ਬੁਲਾਉਣਗੇ, ਪਦਵੀ ਕੋਈ ਨਹੀਂ, ਅਗਲੇ ਨੇ ਤੇਰੇ ਨਾਲ ਬਾਈ ਵੀ ਨਹੀਂ ਲਾਉਣਾ। ਕਿ ਸਾਰਾ ਸੰਸਾਰ ਆਪਣੇ ਸੁੱਖ ਨਾਲ ਹੀ ਬੱਝਾ ਹੋਇਆ ਹੈ, ਕੋਈ ਵੀ ਕਿਸੇ ਦਾ ਤੋੜ ਨਿਭਾਉਣ ਵਾਲਾ ਸਾਥੀ ਨਹੀਂ। ਅਤੇ ਫਿਰ ਆਪਾਂ ਕਹਿੰਦੇ ਹਾਂ ਜਿਹਦੇ ਨਾਲ ਸਾਡੇ ਆਨੰਦ ਹੋਏ ਆ, ਵਿਆਹ ਹੋਇਆ, ਉਹਨੇ ਤਾਂ ਉਸ ਵੇਲੇ ਬਚਨ ਕੀਤਾ ਸੀ ਵੀ ਮੈਂ ਤੇਰੀ ਸਾਰੀ ਜ਼ਿੰਦਗੀ ਸਾਥ ਨਿਭਾਵਾਂਗੀ, ਮੌਤ ਤੱਕ ਹੁੰਦੀਆਂ ਗੱਲਾਂ। ਕਹਿਣ ਲੱਗੇ ਜੇ ਤੂੰ ਮਰੇਗਾ ਨਾ ਤੇਰੇ ਨਾਲ ਹੀ ਮਰ ਜਾਂਗੇ, ਤੇਰੇ ਬਿਨਾਂ ਅਸੀਂ ਜਿਉਂ ਨਹੀਂ ਸਕਦੇ, ਆਹ ਗੱਲਾਂ ਸੱਚ ਕਰ ਜਾਣੇ।
ਕਹਿਣ ਲੱਗੇ ਆਪਣੇ ਸੁੱਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਹੀਂ। ਕਹਿਣ ਲੱਗੇ ਬਣਦਾ ਕੀ ਹੈ ਜਿਹੜੇ ਕਹਿੰਦੇ ਤੇਰੇ ਬਿਨਾਂ ਅਸੀਂ ਰਹਿ ਨਹੀਂ ਸਕਦੇ, ਪਰ ਉਹਨਾਂ ਚਿਰ ਹੀ ਤੇਰੇ ਨਾਲ ਰਹਿਣਗੇ। ਸੁੱਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਘੇਰੈ ਮੈਂ ਵਿਚਾਲੇ ਬੈਠਾ। ਕਹਿਣ ਲੱਗੇ ਮੇਰੇ ਘਰੇ ਸੀ ਸੁੱਖ, ਦੇਖਿਓ ਜਰਾ ਸੁੱਖ ਸੀ, ਚਾਰੋਂ ਮੇਰ ਆ ਕੇ ਕਹਿਣ ਲੱਗੇ ਬਹਿ ਗਏ, ਆਲੇ ਦੁਆਲੇ ਮੇਰੇ ਬਹਿ ਕੇ ਬੜੀ ਭੀੜ ਇਕੱਠੀ ਹੋ ਗਈ। ਸਾਰੇ ਮੈਨੂੰ ਵਧਾਈਆਂ ਦਿੰਦੇ ਆ, ਚੰਗਾ ਘਰ ਦਾ ਪਾਤਰ ਬਣਿਆ, ਵਧਾਈਆਂ ਵਾਲਾ ਬੰਦਾ ਬਣਿਆ, ਚਾਰੇ ਮੇਰੇ ਵਧਾਈਆਂ ਦੇਣ। ਕਹਿਣ ਲੱਗੇ ਆ ਗਏ, ਵਧਾਈਆਂ ਬਹੁਤ ਮਿਲੀਆਂ, ਸੁੱਖ ਸੀ, ਇਕੱਠੇ ਹੋ ਗਏ ਸਾਰੇ ਚਾਰੋਂ ਮੇਰ। ਬਣਿਆ ਕੀ? ਹੇ ਮਿੱਤਰ ਜਦੋਂ ਮਨੁੱਖ ਸੁੱਖ ਵਿੱਚ ਹੁੰਦਾ ਹੈ ਤਦੋਂ ਯਾਰ ਮਿੱਤਰ ਦੋਸਤ ਸਹੁਰਾ ਪਰਿਵਾਰ ਨਾਨਕਾ ਪਰਿਵਾਰ ਦਾਦਕਾ ਪਰਿਵਾਰ ਇਕੱਠਾ ਹੁੰਦਾ ਹੈ, ਸਾਰਾ ਸਾਰਾ ਹੁੰਦਾ ਹੈ, ਅਤੇ ਉਹ ਚੌ ਘੇਰੇ ਬਣਾ ਕੇ ਕਹਿੰਦੇ ਬਹਿ ਜਾਂਦੇ ਨੇ। ਫਿਰ ਕਹਿਣ ਲੱਗੇ ਜਦੋਂ ਬਿਪਤਾ ਪਈ ਕਾਰਨ ਕੀ ਬਣਿਆ? ਬਿਪਤ ਪਰੀ ਸਭ ਹੀ ਸੰਗ ਛੱਡ ਤਕੋ ਨ ਆਵਤ ਨੇਰੇ। ਸਿੱਧੀ ਸਿੱਧੀ ਸਮਝ ਪੈ ਗਈ, ਜਦੋਂ ਬਿਪਤਾ ਪੈਂਦੀ ਹੈ ਨਾ ਅਗਲੇ ਇਨਸਾਨ ਨੂੰ ਪਤਾ ਤਾਂ ਲੱਗ ਜਾਂਦਾ ਹੈ ਵੀ ਜਿਹੜਾ ਅੱਜ ਮੇਰੇ ਕੋਲ ਆਇਆ ਹੈ ਨਾ ਆਹ ਕੋਈ ਨਾ ਕੋਈ ਕੰਮ ਕਰਕੇ ਆਇਆ, ਭਾਵੇਂ ਨਾਨਕਾ ਦਾਦਕਾ ਸਹੁਰਾ ਪਰਿਵਾਰ ਕੋਈ ਵੀ ਹੋਵੇ, ਪਤਾ ਉਹਨੂੰ ਲੱਗ ਜਾਂਦਾ ਹੈ ਵੀ ਇਸ ਬੰਦੇ 'ਤੇ ਮਾੜੇ ਦਿਨ ਚੱਲ ਗਏ, ਜਦੋਂ ਚੰਗੇ ਸੀ ਇਕੱਠੇ ਹੋ ਕੇ ਬਹਿੰਦੇ ਸੀ ਅੱਜ ਮਾੜੇ ਦਿਨ ਆ ਗਏ। ਉਹ ਮਦਦ ਲੈਣ ਵਾਸਤੇ ਦੂਜੇ ਬੰਦੇ ਕੋਲ ਜਾਂਦਾ ਹੈ, ਅੱਗੋਂ ਪਹਿਲਾਂ ਹੀ ਦੁੱਖ ਸੁਣਾ ਦਿੰਦਾ ਹੈ ਉਹ ਆਪਣਾ, ਉਹਨੂੰ ਪਤਾ ਵੀ ਕੁਝ ਮੰਗਣ ਆਇਆ ਮੇਰੇ ਕੋਲ, ਅਤੇ ਉਹਦਾ ਮੂੰਹ ਦਾ ਪਾਣੀ ਪੜ ਕੇ ਪਹਿਲਾਂ ਹੀ ਦੱਸ ਦਿੰਦਾ ਵੀ ਨਾ ਭਰਾਵਾ ਮੇਰੇ ਤਾਂ ਆਪ ਪਹਿਲਾਂ ਬੁਰਾ ਹਾਲ, ਪਹਿਲਾਂ ਹੀ ਤੇਰੇ ਤੋਂ ਜ਼ਿਆਦਾ ਹੀ ਹੋਇਆ ਵੀ। ਉਹ ਕਹਿਣ ਲੱਗੇ ਚਲੋ ਠੀਕ ਹੈ। ਫਿਰ ਗੱਲ ਆ ਗਈ ਵੀ ਜਿਹਦੇ ਨਾਲ ਲਾਵਾਂ ਲਈਆਂ ਉਹ ਤਾਂ ਸਾਥ ਨਿਭਾਏਗੀ। ਕਹਿਣ ਲੱਗੇ ਨਾ ਬਿਲਕੁਲ ਹੀ ਨਹੀਂ। ਕਿੱਦਾਂ ਗੁਰੂ ਜੀ? ਕਹਿੰਦੇ ਘਰ ਕੀ ਨਾਰ ਬਹੁਤ ਹਿੱਤ ਜਾਸਿਓ ਸਦਾ ਰਹਿਤ ਸੰਗ ਲਾਗੀ। ਕਹਿਣ ਲੱਗੇ ਇਹਨਾਂ ਦੋਵਾਂ ਜੀਆਂ ਦਾ ਆਪਸ ਵਿੱਚ ਪ੍ਰੇਮ ਬਹੁਤ ਸੀ। ਘਰ ਕੀ ਨਾਰ ਬਹੁਤ ਬਾਹਲਾ ਹੀ। ਕਹਿਣ ਲੱਗੇ ਬਹੁਤ ਹਿੱਤ ਜਾਸਿਓ। ਕਹਿਣ ਲੱਗੇ ਮੈਂ ਸਦਾ ਤੇਰੇ ਨਾਲ ਖੜਾ ਰਵਾਂਗਾ। ਉਹ ਵੀ ਕਹਿੰਦੀ ਹੈ ਮੈਂ ਸਦਾ ਤੇਰੇ ਨਾਲ ਖੜੀ ਰਵਾਂਗੀ। ਕਹਿਣ ਲੱਗੇ ਸੂਹਾਂ ਵੀ ਖਾ ਲੈਂਦੇ ਆ। ਘਰ ਕੀ ਨਾਰ ਬਹੁਤ ਹਿੱਤ ਜਾਸਿਓ ਸਦਾ ਰਹਿਤ ਸੰਗ ਲਾਗੀ। ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਜਦੋਂ ਕਹਿੰਦਾ ਇਸ ਦਾ ਪਤੀ ਚੜ੍ਹਾਈ ਕਰ ਗਿਆ, ਸਭ ਤੋਂ ਪਹਿਲਾਂ ਇਸਤਰੀ ਨੇ ਕਿਹਾ ਜਲਦੀ ਚੱਕੋ ਨਹੀਂ ਤਾਂ ਭੂਤ ਕਰੇ ਵੜ ਜਾਏਗਾ ਇਹਦਾ। ਵੀ ਇਹਦੇ ਨਾਲ ਤਾਂ ਤੂੰ ਵਾਅਦੇ ਕੀਤੇ ਸੀ ਮਰਨ ਜਿਉਣ ਤੱਕ, ਹੁਣ ਕਾਰਨ ਕੀ ਬਣਿਆ? ਕਹਿਣ ਲੱਗੇ ਛੇਤੀ ਚੱਕ ਲਓ ਇਹਨੂੰ। ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਇਸ ਕਾਇਆ ਨੇ ਹੰਸ ਤੱਜ ਕੇ ਇਹਨੂੰ ਛੱਡ ਕੇ ਚਲਾ ਗਿਆ, ਅਤੇ ਜਿਹੜੇ ਕਹਿੰਦੇ ਸੀ ਨਾਲ ਰਹੋ ਛੱਡਣਾ ਨਹੀਂ ਤੈਨੂੰ, ਕਹਿਣ ਲੱਗੀ ਉਹ ਕਹਿੰਦੀ ਪ੍ਰੇਤ ਹੈ ਆਹ ਬੱਚਿਆਂ ਨੂੰ ਚਿਮੜ ਦੇਗਾ, ਛੇਤੀ ਚੱਕੋ ਇਹਦਾ ਕਰੋ ਅੰਤਿਮ ਸੰਸਕਾਰ। ਇਹ ਬਿਧ ਕੋ ਵਿਵਹਾਰ ਬਣਿਓ ਹੈ ਜਾਸਿਓ ਨਿਹੋ ਲਗਾਇਓ। ਇਹ ਬਿਧ ਹੈ ਸੰਸਾਰ ਦੀ ਰੀਤ ਹੈ, ਮੈਂ ਤੈਨੂੰ ਕਦੋਂ ਦੀ ਸਮਝਾਉਂਦਾ ਸੀ, ਮੈਂ ਪਹਿਲੇ ਦਿਨੋਂ ਹੀ ਗੁਰੂ ਤੇਗ ਬਹਾਦਰ ਕਹਿਣ ਲੱਗੇ ਸਮਝਾਉਣ ਲੱਗੇ ਹੈ ਵੀ ਆਹ ਗੱਲਾਂ ਹੋਣਗੀਆਂ, ਪਰ ਤੂੰ ਕਹਿਣ ਲੱਗ ਕਿਤੇ ਕਿਤੇ ਆ ਮਜ਼ਾਕ ਹੀ ਪਿਆ ਚੱਲਦਾ ਹੈ। ਕਹਿਣ ਲੱਗੇ ਇੱਕ ਦਿਨ ਨਾ ਸਰੀਰ ਨੇ, ਗੁਰੂ ਪੰਜਵੇਂ ਪਾਤਸ਼ਾਹ ਦਾ ਬਚਨ ਆਉਂਦਾ ਹੈ, ਕਹਿਣ ਲੱਗੇ ਸਰੀਰ ਨੇ ਆਖਿਆ ਆਪਣੀ ਆਤਮਾ ਨੂੰ, ਕਹਿਣ ਲੱਗੀ ਆਤਮਾ ਤੂੰ ਨਾ ਕਦੇ ਮੈਨੂੰ ਛੱਡ ਕੇ ਨਾ ਜਾਈਂ। ਅਤੇ ਆਤਮਾ ਕਹਿੰਦੀ ਸਰੀਰ ਨੂੰ ਕਿਉਂ ਛੱਡ ਕੇ ਨਾ ਜਾਵਾਂ? ਉਹ ਕਹਿਣ ਲੱਗੀ ਜਿੰਨਾ ਚਿਰ ਆਤਮਾ ਤੂੰ ਮੇਰੇ ਅੰਦਰ ਵੱਸਦੀ ਹੈ ਨਾ ਮੇਰਾ ਸਰੀਰ ਉਹਨਾਂ ਚਿਰ ਹੀ ਚੱਲਦਾ ਹੈ, ਪਰ ਜਦੋਂ ਤੂੰ ਮੈਨੂੰ ਛੱਡ ਕੇ ਚਲਾ ਗਿਆ ਤੂੰ ਮੇਰੇ ਸਰੀਰ ਅੰਦਰ ਰਹਿਣਾ ਹੈ ਨਾ ਮੈਨੂੰ ਵਡਿਆਈ ਮਿਲਦੀ ਹੈ, ਮੈਨੂੰ ਸਾਰੇ ਜੀ ਜੀ ਕਹਿੰਦੇ ਹੈ, ਮੇਰੇ ਬੱਚੇ ਮੇਰੀ ਗੋਦ ਵਿੱਚ ਆ ਕੇ ਬਹਿੰਦੇ ਹੈ, ਅਤੇ ਜਦੋਂ ਕਹਿਣ ਲੱਗੇ ਤੂੰ ਛੱਡ ਕੇ ਚਲਾ ਗਿਆ ਨਾ ਤਾਂ ਸਾਰਿਆਂ ਨੂੰ ਮੈਨੂੰ ਪ੍ਰੇਤ ਦਾ ਨਾਂ ਦੇ ਦੇਣਾ, ਇਸ ਕਰਕੇ ਤੂੰ ਮੈਨੂੰ ਛੱਡ ਕੇ ਨਾ ਜਾਈ, ਵਚਨ ਦੇ ਛੋੜ ਕੇ ਨਾ ਜਾਸਾ ਇਹ। ਕਹਿਣ ਲੱਗਾ ਅੱਜ ਮੈਨੂੰ ਵਚਨ ਦੇ ਦੇ ਵੀ ਮੇਰੀ ਆਤਮਾ ਤੂੰ ਮੈਨੂੰ ਕਦੇ ਨਾ ਛੱਡ ਕੇ ਨਹੀਂ ਜਾਏਗੀ। ਉਹਨੇ ਇੱਕ ਗੱਲ ਕਹੀ, ਕਹਿਣ ਲੱਗੇ ਇਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦਾ। ਆਤਮਾ ਕਹਿੰਦੀ ਸਰੀਰ ਨੂੰ, ਕਹਿਣ ਲੱਗੇ ਕਿਉਂ? ਉਹ ਕਹਿਣ ਲੱਗੇ ਮੇਰੇ ਆਪ ਦਾ ਹੀ ਵਸ ਨਹੀਂ, ਜਿੰਨਾ ਚਿਰ ਪਰਮਾਤਮਾ ਦਾ ਹੁਕਮ ਹੈ ਤੇਰੇ ਸਰੀਰ ਅੰਦਰ ਇੱਥੇ ਵਸਦਾ ਪਿਆ, ਪਰ ਜਦੋਂ ਉਹਦਾ ਹੁਕਮ ਹੋ ਗਿਆ ਇੰਨਾ ਚਿਰ ਰਹਿ ਉਨਾ ਚਿਰ ਤੇਰੇ ਅੰਦਰ ਰਵਾਂਗਾ, ਜਦੋਂ ਉਹਨੂੰ ਸਮਾਂ ਆ ਗਿਆ ਉਹਨੇ ਕਹਿ ਦਿੱਤਾ ਚੱਲ ਇਹਨੂੰ ਇੱਥੋਂ। ਅਤੇ ਕਹਿਣ ਲੱਗੇ ਬਾਕੀ ਗੱਲ ਤੂੰ ਕਿਹੜਾ ਪਿਆ ਕਰਦਾ ਸਰੀਰ, ਉਦਨ ਮੈਂ ਤੈਨੂੰ ਹੀ ਨਹੀਂ ਦੱਸਣਾ ਜਿੱਦਣ ਮੈਂ ਤੈਨੂੰ ਛੱਡ ਕੇ ਚਲਾ ਗਿਆ। ਇਹ ਬਿਧ ਕੋ ਵਿਵਹਾਰ ਬਣਿਓ ਹੈ ਤਾਸਿਓ ਨਿਹੋ ਲਗਾਇਓ। ਇਹ ਬਿਧ ਬਣੀ ਹੈ ਸੰਸਾਰ ਦੀ, ਦੁਨੀਆਂ ਦਾ ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਮੋਹ ਪਾਉਣ ਵਾਲਿਆ,
ਕਹਿਣ ਲੱਗੇ ਤੂੰ ਇਹਨਾਂ ਨਾਲ ਪਿਆਰ ਪਾ ਕੇ ਬੈਠਾ ਹੈ, ਅੰਤ ਬਾਰ ਨਾਨਕ ਬਿਨ ਹਰਜੀ ਕਉ ਕਾਮਨ ਆਇਓ। ਨਾਨਕ ਬਿਨ ਹਰਜੀ ਬਿਨ ਪਰਮਾਤਮਾ ਬਿਨ ਆਇਆ ਕੌਣ ਕੰਮ। ਜਦੋਂ ਸਾਰੇ ਕੁਝ ਹੋ ਗਿਆ ਆਲੇ ਦੁਆਲੇ ਵਾਲੇ ਕਹਿੰਦੇ ਪਰਮਾਤਮਾ ਇਸ ਨੂੰ ਚੁੱਕ ਲੈ, ਹੁਣ ਉਹ ਖਾ ਪਿਆ ਹੁੰਦਾ ਆ। ਇਨਸਾਨ ਕਹਿੰਦਾ ਵੀ ਜਦੋਂ ਹਰੇਕ ਇਨਸਾਨ ਦੀ ਬਿਰਤੀ ਵੀ ਸਾਡੇ ਘਰੋਂ ਨਾ ਕੋਈ ਜੀ ਜਾਵੇ ਨਾ, ਪਰ ਦੇਖਿਓ ਚਾਹੁੰਦਾ ਹਰੇਕ ਹੀ ਬੰਦਾ ਵੀ ਤੂੰ ਮਰ ਜਾਏ। ਕਾਰਨ ਕੀ ਹੋ? ਉਹ ਕਾਰਨ ਹੈ ਜਦੋਂ ਜਵਾਨੀ ਸੀ, ਜਵਾਨੀ ਅਵਸਥਾ ਵਿੱਚ ਬੱਚੇ ਹੋਏ, ਬੱਚੇ ਵਡੇਰੇ ਹੋਏ, ਉਹਨਾਂ ਦਾ ਵਿਆਹ ਹੋਇਆ, ਉਹਨਾਂ ਦਾ ਜਦੋਂ ਕਹਿੰਦੇ ਹੋਇਆ ਵਿਆਹ, ਉਹਨਾਂ ਦੇ ਬੱਚੇ ਹੋਏ ਅਤੇ ਜਿਹੜਾ ਆਹ ਇਨਸਾਨ ਸੀ ਦਾਦਾ ਬਣ ਗਿਆ। ਜਦੋਂ ਆਹ ਬਣ ਗਿਆ ਦਾਦਾ, ਜਦੋਂ ਪੋਤਿਆਂ ਦੀ ਗਾਂ ਔਲਾਦ ਹੋਈ, ਆਹ ਪਰਦੋ ਪੋਤਿਆਂ ਵਾਲਾ ਹੋ ਗਿਆ, ਉਦੋਂ ਫਿਰ ਪਰਦੋਤੇ ਅਤੇ ਪਰਪੋਤੇ ਆਹੀ ਅਰਦਾਸਾਂ ਕਰਦੇ ਤੇਰੇ ਲਈ ਵੀ ਸਾਡਾ ਪਰਨਾਨਾ ਅਤੇ ਪਰਦਾਦੇ ਨੂੰ ਰੱਬ ਭੁੱਲ ਹੀ ਗਿਆ, ਉਹਨੂੰ ਚੁੱਕਦਾ ਹੀ ਨਹੀਂ। ਵੀ ਆਪਾਂ ਤਾਂ ਕਹਿੰਦੇ ਹਾਂ ਦੂਜਾ ਵੀ ਇਨਸਾਨ ਕਿਤੇ ਜਾਵੇ ਨਾ, ਮੌਤ ਆਵੇ ਨਾ। ਕਹਿਣ ਲੱਗੇ ਪਿਆਰਿਆ ਤੇਰੇ ਜੰਮੇ ਤੇਰੀਆਂ ਬੇਨਤੀਆਂ ਕਰਨਗੇ, ਵੀ ਬਥੇਰੀ ਵਡੇਰੀ ਉਮਰ ਹੋ ਗਈ, ਜਾਣਦਾ ਨਾਂ ਨਹੀਂ ਲੈਂਦਾ, ਰੱਬ ਇਹਨੂੰ ਭੁੱਲ ਹੀ ਗਿਆ। ਕਹਿਣ ਲੱਗੇ ਰੱਬਾ ਆਖਰ ਰੱਬ ਤੋਂ ਹੀ ਗੱਲ ਸ਼ੁਰੂ ਹੋਈ ਸੀ, ਰੱਬ 'ਤੇ ਹੀ ਆ ਕੇ ਨਿਬੜ ਗਈ, ਅਰਦਾਸਾਂ ਇਹਦੀ ਮਾਂ ਨੇ ਕਦੇ ਕੀਤੀਆਂ ਹੀ ਹੋਣੀਆਂ ਪਰਦਾਦੇ ਦੀਆਂ ਵੀ ਮੇਰੇ ਘਰੇ ਪੁੱਤਰ ਪੈਦਾ ਹੋ ਜਾਏ, ਅੱਜ ਤੇਰੀ ਜੰਮੇ। ਕਹਿਣ ਲੱਗੇ ਪਤਾ ਹੀ ਕੋਈ ਨਹੀਂ, ਚੁੱਕਦਾ ਹੀ ਨਹੀਂ ਪਿਆ ਇਹਨੂੰ ਰੱਬ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਸੱਚ ਕਰ ਜਾਣੀ, ਤੇਗ ਬਹਾਦਰ ਸਿਮਰਿਆ ਕਰਨਾਓ ਨਿਧ ਆਵੇ ਤਾਂ, ਇੱਕ ਇੱਕ ਬਚਨ ਗੁਰੂ ਸਾਹਿਬ ਦਾ ਮਨ ਨੂੰ ਠੋਕਰਨ ਵਾਲਾ ਹੈ। ਗੁਰੂ ਸਾਹਿਬ ਕਹਿਣ ਲੱਗੇ ਇਹਨਾਂ ਬਚਨਾਂ 'ਤੇ ਸਿੱਧ ਕਰਕੇ ਰਹੀਂ, ਸਹਾਇਤਾ ਜ਼ਰੂਰ ਕਰਾਂਗਾ, ਸਿਮਰਨਾ ਕਦੇ ਨਾ ਛੱਡੀ, ਸੱਚ ਦੀ ਸੰਗਤ ਕਰੀ। ਪਹਿਲਾ ਬਚਨ ਸੀ ਗੁਰੂ ਤੇਗ ਬਹਾਦਰ ਦੇ ਪਿਆਰੇ, ਇੰਜ ਕਰਕੇ ਜਾਣੀ ਮਾਇਆ ਨਾਲ ਤੋੜੀ ਮੋਹ। ਅਸਲ ਵਿੱਚ ਜਿਹੜਾ ਹਕਾਰ ਲਈ ਬੈਠਾ ਹੈ ਨਾ, ਹਕਾਰ ਨੂੰ ਛੱਡ ਦਈ, ਬੇਨਤੀਆਂ ਪ੍ਰਵਾਨ ਹੋਣਗੀਆਂ, ਇੰਨੀਆਂ ਕੁ ਬੇਨਤੀਆਂ ਜੀ ਪ੍ਰਵਾਨ ਕਰ ਲਿਓ, ਹੋਈਆਂ ਭੁੱਲਾਂ ਦੀ ਖਿਮਾ। ਕੁਝ ਕੁ ਸਲੋਕ ਗੁਰੂ ਤੇਗ ਬਹਾਦਰ ਦੇ ਅੰਮ੍ਰਿਤ ਵੇਲੇ ਵਾਚ ਕੇ ਮੱਥਾ ਟੇਕ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਤੇ ਆਣ ਜੁੜਾਂਗੇ, ਉਹਨਾਂ ਦੇ ਨਾਲ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।